ਮੁਫਤ ਬਿਜਲੀ ਦਾ ਫਾਇਦਾ ਲੈਣ ਦੇ ਲਈ ਹੁਣ ਰੱਜਦੇ ਪੁੱਜਦੇ ਪਰਿਵਾਰ ਵੀ ਪਿੱਛੇ ਨਹੀਂ ਹਟ ਰਹੇ ਨੇ। ਇੱਕ ਅੰਕੜਾ ਸਾਹਮਣੇ ਆਇਆ ਹੈ, ਪੰਜਾਬ ਦੇ ਵਿੱਚ ਇੱਕ ਘਰ ਦੇ ਅੰਦਰ ਦੋ ਦੋ ਤਿੰਨ ਤਿੰਨ ਘਰੇਲੂ ਬਿਜਲੀ ਦੇ ਕਨੈਕਸ਼ਨ ਲਾਏ ਜਾ ਰਹੇ ਨੇ, ਕਿਉਂਕਿ ਇਸ ਦੇ ਨਾਲ ਉਹ ਮੁਫਤ ਬਿਜਲੀ ਸਕੀਮ ਦਾ ਫਾਇਦਾ ਲੈ ਸਕਣਗੇ। ਤਾਂ ਜਦੋਂ ਸਰਕਾਰ ਆਮ ਆਦਮੀ ਪਾਰਟੀ ਦੀ ਬਣਦੀ ਹੈ, ਉਹਨਾਂ ਦੇ ਵੱਲੋਂ 600 ਯੂਨਿਟ ਮੁਫਤ ਬਿਜਲੀ 2 ਮਹੀਨੇ ਦੀ ਦਾ ਸਕੀਮ ਦਾ ਐਲਾਨ ਕੀਤਾ ਗਿਆ। ਔਰ ਇਸ ਸਕੀਮ ਦਾ ਫਾਇਦਾ ਲੈਣ ਦੇ ਲਈ ਜਿਹੜੇ ਰੱਜਦੇ ਪੁੱਜਦੇ ਪਰਿਵਾਰ ਨੇ, ਉਹਨਾਂ ਨੇ ਆਪਣੇ ਘਰ ਦੇ ਅੰਦਰ ਇੱਕ ਨਹੀਂ ਦੋ ਦੋ ਮੀਟਰ ਲਵਾ ਲਏ, ਜਿਸ ਨਾਲ ਇੱਕ ਮੀਟਰ 'ਤੇ 600 ਯੂਨਿਟ ਔਰ ਦੂਸਰੇ ਮੀਟਰ 'ਤੇ 600 ਯੂਨਿਟ ਬਿਜਲੀ ਜਿਹੜੀ ਆ ਉਹ ਮਿਲੇਗੀ। ਤਾਂ ਇਹ ਅੰਕੜਾ ਸਾਹਮਣੇ ਆਇਆ ਕਿ ਸਾਲ 2022 ਤੋਂ ਲੈ ਕੇ 24 ਤੱਕ 7.29 ਲੱਖ ਘਰੇਲੂ ਬਿਜਲੀ ਨਵੇਂ ਕਨੈਕਸ਼ਨ ਲੱਗੇ, ਜੋ ਕਿ ਇੱਕ ਬਿਜਲੀ ਵਿਭਾਗ ਪਾਵਰਕੌਮ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਜਿਹੜਾ ਬੋਝ ਲਗਾਤਾਰ ਸਰਕਾਰ ਦੇ ਉੱਤੇ ਮਹਿਕਮੇ ਦੇ ਉੱਤੇ ਵੱਧ ਰਿਹਾ ਹੈ ਉਹ ਇਸੇ ਕਰਕੇ ਵੱਧ ਰਿਹਾ। ਪਿਛਲੇ 10 ਸਾਲਾਂ ਦੇ ਰਿਕਾਰਡ ਟੁੱਟੇ ਨੇ। 2014 ਦੇ ਵਿੱਚ ਇਹ ਕਨੈਕਸ਼ਨ ਜਿਹੜੇ ਹੈ 10 ਲੱਖ ਦੇ ਕਰੀਬ ਸਨ, ਔਰ ਹੁਣ ਇਹ ਕਨੈਕਸ਼ਨ ਇੰਨੇ ਜ਼ਿਆਦਾ ਵੱਧ ਗਏ ਨੇ, 7 ਲੱਖ ਕਨੈਕਸ਼ਨ 2 ਸਾਲਾਂ ਦੇ ਅੰਦਰ ਅੰਦਰ ਜਿਹੜੇ ਹੈ ਅਪਲਾਈ ਹੋਏ ਨੇ, ਔਰ ਇਸ ਸਾਲ ਦੇ ਜੁਲਾਈ ਤੱਕ ਵੀ ਜਿਹੜੇ ਦੱਸੇ ਜਾ ਰਹੇ ਨੇ 1 ਲੱਖ ਦੇ ਕਰੀਬ ਨਵੇਂ ਕਨੈਕਸ਼ਨ ਜਾਰੀ ਹੋਏ, ਜਿਸ ਨਾਲ ਹਜ਼ਾਰਾਂ ਕਰੋੜਾਂ ਰੁਪਏ ਦਾ ਬੋਝ ਸਰਕਾਰ 'ਤੇ ਪੈ ਰਿਹਾ। ਯਾਨੀ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦਾ ਤਾਂ ਵੈਸੇ ਹੀ 300 ਯੂਨਿਟ ਤੋਂ ਵੱਧ ਬਿਜਲੀ ਨਹੀਂ ਫੂਕਦੀ, ਪਰ ਜਿਹੜੇ ਰੱਜਦੇ ਪੁੱਜਦੇ ਪਰਿਵਾਰ ਨੇ ਜਿਨ੍ਹਾਂ ਦੇ ਘਰ 2-2 3-3 ਏਸੀ ਲੱਗੇ ਹੋਏ ਨੇ, ਉਹਨਾਂ ਦੇ ਘਰਾਂ ਦੇ ਅੰਦਰ ਹੁਣ ਵੰਡ ਕੀਤੀ ਜਾ ਰਹੀ ਹੈ, 2-2 3-3 ਮੀਟਰ ਲਵਾਏ ਜਾ ਰਹੇ ਨੇ। ਉਸ ਮੀਟਰ ਨਾਲ ਉਹ ਸਕੀਮ ਦਾ ਫਾਇਦਾ ਤਾਂ ਲੈ ਰਹੇ ਨੇ, ਪਰ ਉਹ ਬੋਝ ਇੱਕ ਨਾ ਇੱਕ ਦਿਨ ਸਾਡੇ ਉੱਤੇ ਆ ਕੇ ਡਿੱਗੇਗਾ। ਫਿਰ ਜਦੋਂ ਸਾਡੇ ਤੋਂ ਹੀ ਪੈਸੇ ਸਰਕਾਰ ਵਸੂਲੇਗੀ ਤਾਂ ਫਿਰ ਅਸੀਂ ਕਹਾਂਗੇ ਸਰਕਾਰ ਨੇ ਮਹਿੰਗਾਈ ਕੀਤੀ ਹੈ। ਇਸ ਸਕੀਮ ਦਾ ਫਾਇਦਾ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਹੋ ਰਿਹਾ, ਪਰ ਬੜੇ ਪੰਜਾਬ ਦੇ ਅਜਿਹੇ ਲੋਕ ਨੇ ਜਿਹੜੇ ਇਸ ਦਾ ਫਾਇਦਾ ਲੈਣ ਦੇ ਲਈ ਵੱਖਰੀਆਂ ਵੱਖਰੀਆਂ ਘੁੰਡੀਆਂ ਜਿਹੜੀਆਂ ਕ੍ਰੀਏਟ ਕਰ ਰਹੇ ਨੇ। ਤਾਂ ਜਿਹੜਾ ਅੰਕੜਾ ਸਾਹਮਣੇ ਆਇਆ ਹੈ, ਇਸ ਅੰਕੜੇ ਦੀ ਜਾਣਕਾਰੀ ਵੀ ਇਸ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਚਾਲੂ ਵਿੱਤੀ ਵਰ੍ਹੇ ਦੌਰਾਨ 1 ਲੱਖ ਦੇ ਕਰੀਬ ਨਵੇਂ ਕਨੈਕਸ਼ਨ ਜਿਹੜੇ ਆ ਉਹ ਜਾਰੀ ਹੋਏ, ਸਰਦੇ ਪੁੱਜਦੇ ਘਰਾਂ ਨੇ ਵੀ ਜਿਹੜੇ ਆ ਇਹ ਕਨੈਕਸ਼ਨ ਲਵਾਏ ਮੁਫਤ ਦੀ ਬਿਜਲੀ ਲਈ। ਇੱਕੋ ਘਰ ਦੀ 4 ਦੀਵਾਰੀ 'ਚ 2 ਜਾਂ 3 ਮੀਟਰ ਲਵਾ ਰਹੇ ਨੇ। ਤਾਂ ਇਹ ਤੁਹਾਨੂੰ ਅੰਕੜਾ ਦਿਖਾ ਰਹੇ ਹਾਂ, ਘਰੇਲੂ ਬਿਜਲੀ ਦੇ ਕਨੈਕਸ਼ਨ 80 ਲੱਖ ਦੇ ਕਰੀਬ ਨੇ, ਔਰ 14-15 ਦੇ ਵਿੱਚ ਇਹ 60 ਲੱਖ ਦੇ ਕਰੀਬ ਸਨ। 14-15 ਤੋਂ ਬਾਅਦ ਚਲੋ ਠੀਕ ਹੈ, 22 ਤੱਕ ਜਿਹੜੇ ਕਨੈਕਸ਼ਨ ਅਪਲਾਈ ਹੋਏ, ਔਰ 7.29 ਲੱਖ ਮੀਟਰ ਜਿਹੜੇ ਘਰੇਲੂ ਕਨੈਕਸ਼ਨ ਆ ਉਹ 2022 ਤੋਂ ਲੈ ਕੇ ਹੁਣ ਤੱਕ ਅਪਲਾਈ ਕੀਤੇ ਗਏ, ਸਿਰਫ ਅਤੇ ਸਿਰਫ ਬਿਜਲੀ ਮੁਫਤ ਦਾ ਫਾਇਦਾ ਲੈਣ ਦੇ ਲਈ। ਤਾਂ ਜੇਕਰ ਇਹਨਾਂ ਦੇ ਵਿੱਚੋਂ ਠੀਕ ਹੈ ਕੋਈ ਕਿਸੇ ਨੇ ਕਿਰਾਏ 'ਤੇ ਮਕਾਨ ਦੇਣਾ, ਕਿਉਂਕਿ ਹਰ ਸਾਲ ਅਪਲਾਈ ਹੁੰਦੇ ਨੇ ਤਾਂ ਉਹ ਕਿਰਾਏ 'ਤੇ ਮਕਾਨ ਦੇਣ ਲਈ ਵੀ ਕਰਦੇ ਨੇ, ਕਿਸੇ ਨੇ ਆਪਣੀ ਪ੍ਰੋਪਰਟੀ ਨੂੰ ਕਮਰਸ਼ੀਅਲ ਕਰਨਾ ਆ, ਤਾਂ ਕਿਸੇ ਨੇ ਆਪਣੀ ਪ੍ਰੋਪਰਟੀ ਨੂੰ ਕਿਸ ਤਰੀਕੇ ਨਾਲ ਕਿਰਾਏਦਾਰਾਂ 'ਚ ਵੰਡਣਾ ਆ, ਉਹ ਗੱਲ ਠੀਕ ਹੈ, ਪਰ ਜਿਹੜੇ ਰੱਜਦੇ ਪੁੱਜਦੇ ਪਰਿਵਾਰ ਨੇ ਉਹਨਾਂ ਪਰਿਵਾਰਾਂ ਦੇ ਵੱਲੋਂ ਜੇਕਰ ਇਸ ਦਾ ਬਿਜਲੀ ਦਾ ਬਿੱਲ ਜਿਹੜਾ ਉਹ ਦੇ ਦਿੱਤਾ ਜਾਵੇ ਤਾਂ ਫਿਰ ਕਿਤੇ ਨਾ ਕਿਤੇ ਉਹ ਸਰਕਾਰ ਦਾ ਬੋਝ ਜ਼ਰੂਰ ਘਟੇਗਾ। ਤਾਂ ਜੋ ਇਹ ਅੰਕੜੇ ਸਾਹਮਣੇ ਆਏ ਨੇ, ਹੁਣ ਤੱਕ 1,000 ਕਰੋੜ ਜਿਹੜੇ ਨੇ, ਅਸੀਂ ਕੋਈ ਐਕੂਰੇਟ ਜਿਹੜੀ ਹੈ ਉਹ ਜਾਣਕਾਰੀ ਤਾਂ ਸਾਹਮਣੇ ਨਹੀਂ ਆਈ ਹੈ, ਪਰ ਹੁਣ ਤੱਕ ਜਿਹੜਾ ਪਾਵਰਕੌਮ 'ਤੇ ਬੋਝ ਹੈ ਉਹ ਇਸ ਮੁਫਤ ਬਿਜਲੀ ਦਾ ਜ਼ਰੂਰ ਪੈ ਰਿਹਾ ਹੈ। ਪਰ ਜੇਕਰ ਇਸ ਦੇ ਵਿੱਚ ਥੋੜ੍ਹੀ ਸਖਤਾਈ ਕਰ ਦਿੱਤੀ ਜਾਵੇ ਕਿ ਜਿਹੜੇ ਰੱਜਦੇ ਪੁੱਜਦੇ ਪਰਿਵਾਰ ਨੇ ਉਹਨਾਂ ਦੀ ਸਰਵੇਖਣ ਹੋ ਸਕਦਾ ਕਿ ਇੱਕ ਘਰ ਦੇ ਅੰਦਰ 2 ਮੀਟਰ ਕਿਉਂ ਲਵਾਏ, 3 ਮੀਟਰ ਕਿਉਂ ਲਵਾਏ, ਤਾਂ ਫਿਰ ਕਿਤੇ ਨਾ ਕਿਤੇ ਸਰਕਾਰ ਦਾ ਬੋਝ ਜਿਹੜਾ ਹੌਲਾ ਹੋ ਸਕਦਾ ਆ, ਅਤੇ ਜਿਹੜਾ ਸਰਕਾਰ ਦੇ ਖਾਤੇ 'ਚ ਜਿਹੜਾ ਉਹ ਬਿਜਲੀ ਦਾ ਬਿੱਲ ਆਵੇਗਾ, ਤਾਂ ਫਿਰ ਕਿਤੇ ਨਾ ਕਿਤੇ ਇਹ ਜ਼ਰੂਰ ਹੋਵੇਗਾ ਕਿ ਜਿਹੜੇ ਗਰੀਬ ਵਰਗ ਹੈ, ਮੱਧ ਵਰਗ ਨੇ, ਜਿਸ ਨੂੰ ਇਸ ਸਕੀਮ ਦਾ ਫਾਇਦਾ ਹੋਣਾ ਚਾਹੀਦਾ ਉਹ ਹੋਵੇ।
ਇਹ ਨਹੀਂ ਹੈ ਕਿ ਜਿਹੜੇ ਘਰਾਂ ਦੇ ਵਿੱਚ ਜਿਹੜੇ ਬਿੱਲ ਦੇ ਸਕਦੇ ਨੇ, ਜਿਹੜੀ ਕਮਾਈਆਂ ਚੰਗੀਆਂ ਕਰਦੇ ਨੇ, ਉਹ ਵੀ ਇਸ ਸਕੀਮ ਦੇ ਅੰਡਰ ਆ ਕੇ ਨੁਕਸਾਨ ਇਸ ਦੇ ਨਾਲ ਵੱਧ ਜਾਂਦਾ ਹੈ। ਤਾਂ ਇਸ ਵਕਤ ਹੀ ਇਹ ਅਹਿਮ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਚਾਲੂ ਵਿੱਤੀ ਵਰ੍ਹੇ ਦੌਰਾਨ 1.1 ਲੱਖ ਦੇ ਨਵੇਂ ਮੀਟਰ ਲੱਗੇ ਨੇ, ਇਹ ਅੰਕੜਾ ਸਾਹਮਣੇ ਆਇਆ ਹੈ। ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਪੰਜਾਬ ਦੇ ਵਿੱਚ ਮੁਫਤ ਬਿਜਲੀ ਸਕੀਮ ਜਿਹੜੀ ਹੈ ਉਹ ਲਗਾਤਾਰ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਪਾਵਰਕੌਮ ਦੇ ਲਈ। ਪਾਵਰਕੌਮ ਦੇ ਅੱਗੇ ਚੁਣੌਤੀਆਂ ਬਹੁਤ ਨੇ, ਕਿਉਂਕਿ ਜਦੋਂ ਇਹ ਮੁਫਤ ਬਿਜਲੀ ਦਾ ਐਲਾਨ ਹੋਇਆ ਸੀ ਤਾਂ ਉਹਨਾਂ ਮਹੀਨਿਆਂ ਦਰਮਿਆਨ ਹੀ 2022 ਦੇ ਵਿੱਚ ਕਨੈਕਸ਼ਨ ਅਪਲਾਈ ਕਰਨ ਦੇ ਲਈ ਹਜ਼ਾਰਾਂ ਕਾਗਜ਼ ਜਿਹੜੇ ਨੇ ਉਹ ਦਫ਼ਤਰ ਦੇ ਅੰਦਰ ਢੇਰ ਲੱਗਣੇ ਸ਼ੁਰੂ ਹੋਏ, ਜਿਸ ਤੋਂ ਬਾਅਦ ਥੋੜ੍ਹੀ ਜਿਹੀ ਸਖਤਾਈ ਵੀ ਕੀਤੀ ਗਈ ਸੀ। ਪਰ ਅਪਲਾਈ ਕਰਨ ਵਾਲੇ ਆਪਣੀ ਪ੍ਰੋਪਰਟੀ ਦਾ ਵੇਰਵਾ ਦਿੰਦੇ ਨੇ ਕਿ ਅਸੀਂ ਇਸ ਤਰੀਕੇ ਨੂੰ ਕਮਰਸ਼ੀਅਲ ਕਰਨਾ ਚਾਹੁੰਦੇ ਹਾਂ ਸਾਡੇ ਘਰ ਦੇ ਵਿੱਚ, ਜਾਂ ਇਹ ਕਾਰਨ ਹੈ ਕਿ ਸਾਡੇ ਘਰ ਦੇ ਵਿੱਚ ਦੋ ਭਰਾ ਨੇ ਉਹ ਇਸ ਪ੍ਰੋਪਰਟੀ ਦਾ ਵੱਖ ਹੋ ਰਹੇ ਨੇ, ਇਸ ਕਰਕੇ ਅਸੀਂ ਇੱਕ ਨੂੰ ਦੋ ਕਮਰੇ ਦੇ ਰਹੇ ਹਾਂ, ਇੱਕ ਨੂੰ ਦੋ ਕਮਰੇ ਦੇ ਰਹੇ ਹਾਂ, ਉੱਪਰ ਵਾਲਾ ਫਲੋਰ ਦੇ ਰਹੇ ਹਾਂ, ਤਾਂ ਇਸ ਕਰਕੇ ਸਾਨੂੰ ਮੀਟਰ ਵੀ ਜਿਹੜਾ ਉਹ ਵੱਖਰਾ ਲਾਇਆ ਜਾਵੇ। ਤਾਂ ਇਸ ਕਰਕੇ ਜਿਹੜੇ ਆ ਲਗਾਤਾਰ ਇਹ ਮਾਮਲੇ ਸਾਹਮਣੇ ਆ ਰਹੇ ਨੇ। ਹੁਣ ਰਿਕਾਰਡ ਸਾਰੇ ਟੁੱਟ ਚੁੱਕੇ ਨੇ, 14-15 ਦੇ 60 ਲੱਖ ਕਨੈਕਸ਼ਨ 14-15 'ਚ ਹੁੰਦੇ ਸੀ, ਤਾਂ ਹੁਣ 24 ਦੇ ਵਿੱਚ ਜੇਕਰ ਗੱਲ ਕੀਤੀ ਜਾਵੇ 80 ਲੱਖ ਦੇ ਕਰੀਬ ਘਰੇਲੂ ਕਨੈਕਸ਼ਨ ਪਹੁੰਚ ਚੁੱਕੇ ਨੇ। ਵਿਸਤਾਰ ਦੇ ਵਿੱਚ ਆਸਾਨੀ ਦੇ ਵਿੱਚ ਤੁਹਾਨੂੰ ਰੋਜ਼ਾਨਾ ਸਪੋਕਸਮੈਨ 'ਤੇ ਇਹ ਅੰਕੜੇ ਸਾਂਝੇ ਕਰ ਰਹੇ ਹਾਂ। ਬਿਜਲੀ ਕਨੈਕਸ਼ਨ ਜਿਹੜੇ ਨੇ, ਘਰੇਲੂ ਬਿਜਲੀ ਕਨੈਕਸ਼ਨ ਹੈ, ਉਹਨਾਂ 'ਚ ਵਾਧਾ ਹੋਇਆ ਹੈ। ਇੱਕ ਘਰਾਂ ਦੇ ਅੰਦਰ 2 ਤੋਂ 3 ਮੀਟਰ ਲਵਾਏ ਜਾ ਰਹੇ ਆ, ਕੋਈ 4 ਮੀਟਰ ਵੀ ਲਵਾ ਰਿਹਾ ਹੈ, ਜਿਸ ਤਰੀਕੇ ਨਾਲ ਜਾਇਦਾਦ ਹੈ। ਕਿਸੇ ਦੇ 5 ਫਲੋਰ ਨੇ, ਕਿਸੇ ਦੇ 6 ਫਲੋਰ ਨੇ, ਕਿਸੇ ਕੋਲ 2 ਫਲੋਰ ਨੇ, ਕਿਸੇ ਕੋਲ 1 ਫਲੋਰ ਦੇ ਅੰਦਰ ਹੀ ਇੱਕ, ਯਾਨੀ ਕਿ ਗਰਾਊਂਡ ਫਲੋਰ 'ਚ ਹੀ ਵੰਡ ਕੀਤੀ ਜਾ ਰਹੀ ਹੈ, 2-2 ਮੀਟਰਾਂ ਦੀ ਵੰਡ ਕੀਤੀ ਜਾ ਰਹੀ ਹੈ, ਜਿਸ ਨਾਲ ਪਾਵਰਕੌਮ 'ਤੇ ਬਹੁਤ ਵੱਡਾ ਸੰਕਟ ਜਿਹੜਾ ਉਹ ਖੜ੍ਹਾ ਹੋ ਰਿਹਾ। ਇਸ ਵਕਤ ਦੀ ਅਹਿਮ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।